करीब 2015 तो लै करके जिहड़ा बेदमियां दा दौर पंजाब दे विच ही चल रहा सी और इस दौर नूं चलदे 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 जिहड़ियां कि सरकारां भी बदल गईआं गल करिए अकाली दल की गल करिए फिर कांग्रेस आम पार्टी सरकार आई इस दौर दे विच भी जिहड़ा कि बेदमियां दा सिलसिला लगातार जारी रहा। पिछले दिनां दे विच मोरिंडा दे विच गुरद्वारा कोतवाली साहिब विखे जिहड़ी कि श्री गुरु ग्रंथ साहिब पातशाह जी की एक दुष्ट वालों बेदबी की गई और ग्रंथी संघां उत्ते हमला किया गया। उस व्यक्ति नूं प्रबंधकां वालों मौके उत्ते काबू कर लिया गया। बाद विच उस व्यक्ति नूं प्रशासन वालों कार्रवाई करके जेल दे विच भेज दिता गया। पिछले दिनों दे विच एक खबर एक मामला सामने आ रहा है कि जिहड़ा दुष्ट जिहड़ा पापी सी बेदबी करन वाला वह जेल दे विच जदों अरैसट सी तो जदों किसी साह की दिक्कत कारण उसनू होस्पिटल दे विच दाखिल करवाया गया तो उत्थे उसकी मौत हो गई। गलबात करते हैं कि इस बेदबियां जिहड़ियां पंजाब दे विच हो रही ये क्यों हो रही की कारण है साढ़े नाल जुड़े हैं अमृतसर दे विच वड्डा चेहरा जिहड़ा कि भुपिंदर सिंह 6 जून के नाम तो जिहड़े जाने जाते हैं। भाई साहब जी वाहिगुरू जी का खालसा वाहेगुरू जी की फतेह। वाहेगुरू जी का खालसा वाहेगुरू जी की फतेह। पहले मैं पूछना चाहवांगा कि पिछले दिनों दे विच एक व्यक्ति जिहड़ा कि मोरिंडा विखे जिन्हें बेदबी की उसकी मौत हो गई तुसीं किवें देखते हो? देखो मौत हो गई दुष्ट सीगा उन्हें जिहड़ी महाराज गुरु ग्रंथ साहिब जी की बेदबी की आ और दुष्ट की मौत हो गई बहुत चंगी गल आ पर उहदी मौत दे नाल इह राज भी नाल दे नाल ही दफन हो गया कि वह किन्ने भेजा सीगा उहनूं जां की कीता गया सीगा दा वह भी सानू इस चीज़ का दुख आ भी सानू हजे तक सानू यह नहीं पता लगा भी ये बेअदबियां दे पिछे जिहड़ा आ कौन मास्टर माइंड काम करता आ कि संस्था काम करती है कि जथेबंदी काम करती है ये राज भी हुण जिहड़ियां पहलियां जथेबंदियां आपां 2015 उहदा तो सानू पता लग गया सीगा भी जिहड़े करन कराउण वाले कौन सीगे ते उहनां नूं बचाउण वाले कौन सीगे पर हुण जिहड़ियां बेअदबियां होईआं इहनां दा सानू बाद वालियां दा पता नहीं लगा भी इहनां दे पिछे भी ਕਿਹੜੀ ਜਿਹੜੀ ਲੌਬੀ ਇੱਕ ਕੰਮ ਕਰ ਰਹੀ ਹੈ ਸੋ ਇਸ ਚੀਜ਼ ਦਾ ਥੋੜ੍ਹਾ ਜਿਹਾ ਸਾਨੂੰ ਆਉਂਦਾ ਆ ਕਿ ਜਿਵੇਂ ਮੈਂ ਮੇਰਾ ਇਹ ਦਿਮਾਗ ਕੰਮ ਕਰਦਾ ਆ ਕਿ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜਦੋਂ ਇੱਕ ਦੁਸ਼ਟ ਨੇ ਜੰਗਲਾ ਟੱਪ ਕੇ ਤੇ ਬੇਅਦਬੀ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਉੱਥੇ ਮਾਰ ਮੁਕਾ ਦਿੱਤਾ ਗਿਆ ਸੋ ਜਿਹੜਾ ਮਾਸਟਰ ਮਾਈਂਡ ਸੀਗਾ ਇਹਦੇ ਮਗਰ ਬੈਠਾ ਇਹਨਾਂ ਮਗਰ ਉਹਨੇ ਇਹ ਸੋਚਿਆ ਹੋਣਾ ਵੀ ਸ਼ਾਇਦ ਇਹ ਜਿਹੜੇ ਸਿੱਖ ਨੇ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਤੇ ਇਹਨੂੰ ਵੀ ਮਾਰ ਕੇ ਮੁਕਾ ਦੇਣਗੇ ਪਰ ਉਹ ਬਚ ਗਿਆ ਫਿਰ ਉਹਨਾਂ ਨੂੰ ਜੋ ਮੈਂ ਸੋਚਦਾ ਵਾਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਡਰ ਸਤਾਉਣ ਲੱਗਾ ਵੀ ਉਹ ਤੇ ਜਿਹੜਾ ਫੜਿਆ ਗਿਆ ਸੀਗਾ ਦਰਬਾਰ ਸਾਹਿਬ ਉਹ ਭਈਆ ਸੀਗਾ ਉਹਦੇ ਪੱਲੇ ਕੁਛ ਨਿਕਲਿਆ ਨੀਗਾ ਦੇਖੋ ਕਿੱਡੀ ਵੱਡੀ ਗੱਲ ਆ ਕਿ ਉਹਦੇ ਜਿਹੜੇ ਫਿੰਗਰ ਪ੍ਰਿੰਟ ਵੀ ਉਹ ਕੰਮ ਨਹੀਂ ਕੀਤੇ ਤੇ ਉਹਦਾ ਆਧਾਰ ਕਾਰਡ ਤੱਕ ਵੀ ਪਤਾ ਨਹੀਂ ਲੱਗਾ ਜਦਕਿ ਭਾਰਤ ਦੇ ਵਿੱਚ ਹਰੇਕ ਨਾਗਰਿਕ ਦੇ ਜਿਹੜਾ ਆਧਾਰ ਕਾਰਡ ਬਣਿਆ ਵਾ ਉਹਦਾ ਪਹਿਲਾਂ ਡਾਟਾ ਹੀ ਜਿਹੜਾ ਵਾ ਉਹ ਵਾਸ਼ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਚਲੋ ਉਹਦੀ ਮੌਤ ਹੋ ਗਈ ਹੁਣ ਉਸੇ ਸੰਦਰਭ ਦੇ ਵਿੱਚ ਵੀ ਉਧਰੋਂ ਜਿਮਨੀ ਇਲੈਕਸ਼ਨ ਜਿਹੜੀ ਜਲੰਧਰ ਦੀ ਸੀਗੀ ਇਹ ਪੀਕ ਤੇ ਸੀਗੀ ਔਰ ਉਸ ਤੋਂ ਪਹਿਲਾਂ ਵੇਖੀਏ ਵੀ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਤੇ ਜਿਹੜੀ ਕਾਰਵਾਈ ਹੋਈ ਉਸ ਦਾ ਜਿਹੜਾ ਰੋਸ ਆ ਇਸ ਚੋਣ ਨੂੰ ਜਿਹੜੀ ਮੌਜੂਦਾ ਪੰਜਾਬ ਦੀ ਪਾਰਟੀ ਆ ਉਹਨੂੰ ਡਿਸਟਰਬ ਕਰ ਰਿਹਾ ਸੀਗਾ ਉਹਨੂੰ ਮੁਸ਼ਕਲ ਦੇ ਵਿੱਚ ਲਿਆ ਰਿਹਾ ਸੀਗਾ ਤੇ ਮੈਂ ਸੋਚਦਾ ਵਾਂ ਵੀ ਉਹਨੂੰ ਕਿਤੇ ਇਸ ਘਟਨਾ ਨੂੰ ਜਿਹੜਾ ਧਿਆਨ ਹਟਾਉਣ ਵਾਸਤੇ ਬੇਅਦਬੀ ਦੀ ਜਿਹੜੀ ਘਟਨਾ ਕਰਵਾਈ ਗਈ ਫਿਰ ਉਹਦਾ ਪਿੱਛੇ ਤੱਕ ਕੌਣ ਕੀ ਕਰ ਰਿਹਾ ਸੀਗਾ ਉਹਦਾ ਵੀ ਸਾਨੂੰ ਪਤਾ ਨਾ ਲੱਗੇ ਵੀ ਉਹਨੂੰ ਬੜੇ ਤਰੀਕੇ ਦੇ ਨਾਲ ਜਿਹੜਾ ਹਟਾ ਦਿੱਤਾ ਗਿਆ ਰਸਤੇ ਦੇ ਇਹ ਤੁਸੀਂ ਕਹਿ ਲਈਏ ਕਿ ਤਾਜ਼ਾ ਮਾਮਲਾ ਜਿਹੜੀ ਦਰਬਾਰ ਸਾਹਿਬ ਬੇਅਦਬੀ ਕਰਨ ਦੀ ਇੱਕ ਵਿਅਕਤੀ ਵੱਲੋਂ ਕੋਸ਼ਿਸ਼ ਕੀਤੀ ਜਾਂਦੀ 18 ਅਕਤੂਬਰ 2021 ਨੂੰ ਗੱਲ ਕਰੀਏ ਕਿ ਸ਼੍ਰੋਮਣੀ ਕਮੇਟੀ ਕੋਲ ਕਿਹੜੀ ਚੀਜ਼ ਦੀ ਘਾਟ ਆ ਕਿਹੜੀ ਚੀਜ਼ ਦੀ ਕਮੀ ਆ ਕਿ ਜਿਹੜਾ ਇਸ ਦੀ ਪੌਣ ਛਾਣ ਨਹੀਂ ਕਰ ਪਾਈ ਦੇਖੋ ਸ਼੍ਰੋਮਣੀ ਕਮੇਟੀ ਦੇ ਆਪਾਂ ਸੋਚ ਦੇ ਉੱਤੇ ਹੀ ਇੱਕ ਸਵਾਲੀਆ ਨਿਸ਼ਾਨ ਆ ਸ਼੍ਰੋਮਣੀ ਕਮੇਟੀ ਤੇ ਉਹਨਾਂ ਜਗ੍ਹਾ ਤੇ ਪਹੁੰਚਦੀ ਨਹੀਂ ਹੈਗੀ ਜਿੱਥੇ ਜਿਹੜੇ ਆਮ ਸਿੱਖ ਸਾਡੇ ਪਹੁੰਚ ਜਾਂਦੇ ਆ ਦੇਖੋ ਉਸ ਤੋਂ ਪਹਿਲਾਂ ਵੀ ਸਾਨੂੰ ਇੱਕ ਇੰਡੀਕੇਸ਼ਨ ਮਿਲੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਿਹੜੀ ਬੇਦਬੀ ਹੋਈ ਬੰਦਾ ਸਿਗਰਟ ਲੈ ਕੇ ਗਿਆ ਤੇ ਉੱਥੋਂ ਦੇ ਜਿਹੜੇ ਸਿੰਘ ਸਾਹਿਬ ਸੀਗੇ ਜਦੋਂ ਉਹਨਾਂ ਨੂੰ ਸਵਾਲ ਕੀਤੇ ਗਏ ਵੀ ਤੁਸੀਂ ਉਹਨੂੰ ਮਾਰਿਆ ਕਿਉਂ ਨਹੀਂ ਉਹ ਅੱਗੋਂ ਕਹਿਣ ਲੱਗ ਪਏ ਵੀ ਲਓ ਜੀ ਮੈਂ ਆਪਣੇ ਉੱਤੇ ਪਰਚਾ ਪਾਉਣਾ ਮੈਂ ਜੇਲ੍ਹ 'ਚ ਬਹਿਣਾ ਜਾ ਕੇ ਪਰ ਉਹ ਸਵਾਲ ਖੜੇ ਹੁੰਦੇ ਵੀ ਸਿੰਘ ਸਾਹਿਬ ਜਿਹੜੇ ਕਿਰਪਾਨ ਹੱਥ 'ਚ ਕਦੋਂ ਫੜ ਕੇ ਰੱਖਦੇ ਫਿਰ ਇਹੋ ਜਿਹੇ ਡਰਪੋਕ ਬੰਦੇ ਜਿਹੜੇ ਸਿੰਘ ਸਾਹਿਬ ਕਿਉਂ ਲਾਏ ਜਾਂਦੇ ਆ ਸਿੰਘ ਸਾਹਿਬ ਤਾਂ ਉਹ ਹੁੰਦੇ ਸੀਗੇ ਜਿਹੜੇ ਪੰਥ ਵਾਸਤੇ ਆਪਣੀ ਜਾਨ ਦੇ ਦਿੰਦੇ ਸੀਗੇ ਅਤੇ ਜਾਨ ਲੈਣ ਲੱਗਿਆਂ ਵੀ ਸੋਚਦੇ ਨਹੀਂ ਸੀਗੇ ਪਰ ਇਹ ਕੌਣ ਕਿ ਜਿਹੜੇ ਇਹੋ ਜਿਹੇ ਸਿੰਘ ਸਾਹਿਬ ਜਿਹੜੇ ਲਾ ਦਿੰਦੇ ਆ ਸੋ ਜਿਹੜੀ ਸ਼੍ਰੋਮਣੀ ਕਮੇਟੀ ਆ ਇਹ ਇਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਬੜੇ ਸਵਾਲੀਆ ਨਿਸ਼ਾਨ ਆ ਜੇ ਗੱਲ ਮੋਰਿੰਡਾ ਦੀ ਵੀ ਕਰੀਏ ਉਹ ਵਿਅਕਤੀ ਬੂਟ ਪਾ ਕੇ ਅੰਦਰ ਆਉਂਦਾ ਕੀ ਗੱਲ ਉਸ ਗੁਰਦੁਆਰਾ ਸਾਹਿਬ ਦਰਬਾਰ ਦੇ ਬਾਹਰ ਕੋਈ ਪਹਿਰੇਦਾਰ ਨਹੀਂ ਸੀ
देखो मैं यो ही गल सोच वाली है भी श्रोमणी कमेटी का इन्ना वाडा बजट आ ते जदों आपां तुसीं देखिया भी दरबार साहब जां किते भी इतिहासिक गुरद्वारा साहब दे विच ना मैं सगों उन्हां दी प्रशंसा करांगा कि जिहड़े चोबदार आ जिहड़े छोटियां छोटियां तनखावां दे विचारे सारा सारा दिन खलोते रहिंदे आ उह चोबदार किवें दरबार साहब जिहड़ी हज़ारां दी गिनती दे विचों इक जणा वी जिहड़ा पैर धोते बगैर लंघ जाणा उहनूं उसे वेले रोक दिंदे आ ठीक है उत्थे ते संगत ही जिहड़ी घट सीगी उत्थे चोबदारां ने क्यों ना रोकिया ਵੀ ਕਿਹੜੇ ਤਰੀਕੇ ਦੇ ਨਾਲ ਉਹ ਅੰਦਰ ਆ ਗਿਆ ਕਿਸ ਤਰ੍ਹਾਂ ਇਹ ਜਿਹੜੀ ਘਟਨਾ ਹੋ ਗਈ ਸੋ ਇਹ ਸਵਾਲਾਂ ਦੇ ਘੇਰੇ ਦੇ ਵਿੱਚ ਆ ਸਾਰੀਆਂ ਚੀਜ਼ਾਂ ਮੋਰਿੰਡਾ ਵਿਖੇ ਬੇਅਦਬੀ ਕਰਨ ਵਾਲਾ ਦੁਸ਼ਟ ਮਰ ਗਿਆ ਜਾਂ ਮਾਰਿਆ ਗਿਆ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾਂਦਾ ਕਿ ਜਿਹੜੀਆਂ ਇਹਦੀਆਂ ਅੰਤਮ ਰਸਮਾਂ ਹੋਰ ਵੀ ਸਿੱਖਾਂ ਵੱਲੋਂ ਵੀਡੀਓ ਪਾਈ ਜਾਂਦੀਆਂ ਕਿਹਾ ਜਾਂਦਾ ਹੈ ਕਿ ਜਿਹੜੀਆਂ ਅੰਤਮ ਰਸਮਾਂ ਜਿਹੜੀਆਂ ਇਸ ਦੁਸ਼ਟ ਦੀਆਂ ਹੋਣੀਆਂ ਉਹਦੇ ਵਿੱਚ ਗੁਰਮਿਆਦਾ ਮਰਿਆਦਾ ਨਾ ਵਰਤੀ ਜਾਵੇ ਨਾ ਹੀ ਕੋਈ ਅਰਦਾਸ ਕਰੇ ਪਾਠੀ ਸਿੰਘ ਗ੍ਰੰਥੀ ਸਿੰਘ ਨਾ ਹੀ ਕੋਈ ਕੀਰਤਨ ਕਰੇ ਨਾ ਹੀ ਇਹਦੇ ਇਹਨੂੰ ਮਾਰਾ ਸਰੂਪ ਦਿੱਤਾ ਜਾਵੇ ਗੱਲ ਕਰੀਏ ਇਹ ਤਾਂ ਦੁਸ਼ਟ ਸੀ ਪਰ ਮੈਂ ਗੱਲ ਕਰੂੰ ਜਿੱਥੇ ਪਰਿਵਾਰ ਦੀਆਂ ਭਾਵਨਾਵਾਂ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਪਰਿਵਾਰ ਦੀਆਂ ਭਾਵਨਾਵਾਂ ਤਾਂ ਸਾਡਾ ਕੋਈ ਲੈਣਾ ਦੇ ਜਿਹੜੇ ਲੋਕ ਜਿਨ੍ਹਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੇ ਪੰਥ ਦੀਆਂ ਭਾਵਨਾਵਾਂ ਨਹੀਂ ਵੇਖੀਆਂ ਫਿਰ ਅਸੀਂ ਉਸ ਪਰਿਵਾਰ ਦੀਆਂ ਭਾਵਨਾਵਾਂ ਕਿਵੇਂ ਵੇਖ ਸਕਦੇ ਹਾਂ ਸੋ ਇਹ ਆਮ ਗੁਰਸਿੱਖਾਂ ਨੇ ਇਹ ਗੱਲ ਉਠਾਈ ਹੈ ਵੀ ਇਹਦੇ ਉੱਤੇ ਕੋਈ ਵੀ ਮਤਲਬ ਕੋਈ ਗ੍ਰੰਥੀ ਸਿੰਘ ਨਾ ਜਾਵੇ ਜਿਵੇਂ ਤੁਸੀਂ ਸਾਰਾ ਕੁਝ ਦੱਸਿਆ ਕੋਈ ਕੀਰਤਨੀਏ ਨਾ ਜਾਣ ਕੋਈ ਅਰਦਾਸ ਨਾ ਹੋਵੇ ਮਹਾਰਾਜ ਦਾ ਪ੍ਰਕਾਸ਼ ਨਾ ਕੀਤਾ ਜਾਵੇ ਉਹਨਾਂ ਦੇ ਘਰ ਦੇ ਵਿੱਚ ਬਹੁਤ ਵਧੀਆ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਸ਼੍ਰੋਮਣੀ ਕਮੇਟੀ ਨੇ ਕਹੀ ਹੈ ਅਤੇ ਵੇਖੋ ਸ਼੍ਰੋਮਣੀ ਕਮੇਟੀ ਨੂੰ ਇਹ ਵੀ ਸੋਚਣਾ ਚਾਹੀਦਾ ਵਾ ਵੀ ਜਿਹੜੇ ਪੁਰਾਣੀਆਂ ਬੇਅਦਬੀਆਂ ਦੇ ਵਿੱਚ ਬੇਅਦਬੀਆਂ ਵਾਲਿਆਂ ਨੂੰ ਜਿਨ੍ਹਾਂ ਨੇ ਬਚਾਇਆ ਉਹਨਾਂ ਦੀਆਂ ਜਿਹੜੀਆਂ ਅੰਤਮ ਰਸਮਾਂ ਉਹਨਾਂ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਜਿਸ ਪਰਿਵਾਰ ਨੇ ਉਹਨਾਂ ਨੂੰ ਬਚਾਇਆ ਬੇਅਦਬੀ ਵਾਲਿਆਂ ਨੂੰ ਉਹਨਾਂ ਨੂੰ ਪੂਰਾ ਇਹ ਨਹੀਂ ਹੁਣ ਦੀ ਗੱਲ ਨਹੀਂ 1978 ਦੇ ਵਿੱਚ ਵੇਖੋ ਕਿ ਜਿਹੜਾ ਸੀਗਾ ਨਕਲੀ ਨਿਰੰਕਾਰੀ ਉਹ ਕਿਹਦੀ ਗੱਡੀ ਦੇ ਵਿੱਚ ਗਿਆ ਸੀਗਾ ਕਿਹੜਾ ਮੰਤਰੀ ਕਿਹੜੀ ਪਾਰਟੀ ਦਾ ਮੰਤਰੀ ਲੈ ਕੇ ਗਿਆ ਸੀਗਾ ਸੋ ਉਹਨਾਂ ਦੇ ਉੱਤੇ ਵੀ ਇਹ ਗੱਲ ਲਾਗੂ ਹੁੰਦੀ ਇਹ ਇਕੱਲਾ ਇਸ ਬੰਦੇ ਦੇ ਉੱਤੇ ਨਹੀਂ ਇੱਥੇ ਪੰਥ ਨੇ ਇੱਕ ਸੁਰ ਦੇ ਵਿੱਚ ਗੱਲ ਕਹੀ ਪੰਥ ਦੀ ਗੱਲ ਤੇ ਪ੍ਰਵਾਨ ਆ ਪੰਥ ਜਿੱਥੇ ਖਲੋ ਜਾਂਦਾ ਉਹ ਗੱਲ ਮੰਨਣੀ ਚਾਹੀਦੀ ਆ ਜਿੱਧਰ ਪੰਥ ਖਲੋਤਾ ਹੈ ਗੁਰੂ ਵੀ ਉੱਧਰ ਖਲੋ ਤੁਹਾਡੀ ਗੱਲ 'ਚੋਂ ਗੱਲ ਨਿਕਲਦੀ ਹੈ 2015 ਦੀ ਜਿਹੜੀ ਬਰਗਾੜੀ ਦੀ ਬੇਦਬੀ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੀ ਨਾਮਜ਼ਦ ਕਿ ਉਸਦੀਆਂ ਅੰਤਮ ਰਸਮਾਂ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਮੈਂ ਤੇ ਗੱਲ ਤਾਂ ਤੁਹਾਨੂੰ ਉਹੀ ਕਹਿ ਰਿਹਾ ਵਾਂ ਗੱਲ ਤੇ ਪਹੁੰਚੋ ਕਿ ਉੱਥੇ ਆਉਂਦੀ ਹੈ ਕਿ ਜਿਹੜੀਆਂ ਜਿਹੜੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਆ ਇੰਨੀਆਂ ਸਿੱਟਾਂ ਬੈਠੀਆਂ ਉਹਨਾਂ ਦਾ ਨਾਂ ਆਇਆ ਇੱਕ ਕੋਈ ਇੱਕ ਸਿੱਟ ਇਹੋ ਜਿਹੀ ਨਹੀਂ ਹੈਗੀ ਵੀ ਜਿਹਨੇ ਉਹਨਾਂ ਦਾ ਕਮੇਟੀ ਇਹੋ ਜਿਹੀ ਨਹੀਂ ਜਿਹਨੇ ਪਿਓ ਪੁੱਤਾਂ ਦਾ ਨਾਂ ਲਿਆ ਹੋਵੇ ਫਿਰ ਉਸ ਬੰਦੇ ਨੂੰ ਐਡਾ ਵੱਡਾ ਕਰਕੇ ਵਿਖਾਉਣਾ ਫਿਰ ਉਹਦੀਆਂ ਵੀ ਜਿਹੜੀਆਂ ਅੰਤਮ ਰਸਮਾਂ ਉਹਦੇ ਉੱਤੇ ਵੀ ਆਪਣਾ ਅੰਤਮ ਜਿਹੜੀਆਂ ਰਸਮਾਂ ਆ ਉਹਨਾਂ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਬੇਦ ਵੀ ਕਰਨ ਵਾਲਾ ਜਾਂ ਉਹਨੂੰ ਕਿਸੇ ਨੂੰ ਕਰਨ ਲਈ ਉਕਸਾਉਣ ਵਾਲਾ ਜਾਂ ਉਹਨੂੰ ਬਚਾਉਣ ਵਾਲਾ ਇਹ ਸਾਰੇ ਇੱਕ ਲਾਈਨ 'ਚ ਗਿਣੇ ਜਾਂਦੇ ਆ ਇਹ ਸਾਰੇ ਦੋਸ਼ੀ ਨੇ ਜਿਹੜੇ ਕਰਾਉਣ ਵਾਲਾ ਕਰਨ ਵਾਲੇ ਨੂੰ ਬਚਾਉਣ ਵਾਲਾ ਸਾਰੇ ਦੋਸ਼ੀ ਗਿਣੇ ਜਾਂਦੇ ਫਿਰ ਉਹਨਾਂ ਦੀਆਂ ਵੀ ਜਿਹੜੀਆਂ ਅੰਤਮ ਰਸਨਾ ਉਹਨਾਂ ਦੇ ਉੱਤੇ ਵੀ ਰੋਕ ਲੱਗਣੀ ਚਾਹੀਦੀ ਸੈਂਟਰ ਨੇ ਤਾਂ ਬੋਲਣਾ ਨਹੀਂ ਆ ਪੰਜਾਬ ਸਰਕਾਰ ਵੀ ਇਸ ਮੁੱਦੇ ਉੱਤੇ ਨਹੀਂ ਬੋਲੀ ਕੀ ਮੰਨਦੇ ਹੋ ਦੇਖੋ ਜਿਹੜੀ ਪੰਜਾਬ ਸਰਕਾਰ ਆ ਹੁਣ ਮੈਂ ਇੱਕ ਗੱਲ ਕਹਾਂਗਾ ਕੋਈ ਇਹ ਨਾ ਕਵੇ ਵੀ ਇਕੱਲਾ ਇੱਕ ਸਰਕਾਰ ਨੂੰ ਆ ਜੇ ਉਸ ਸਮੇਂ ਦੀ ਸਰਕਾਰ ਦੇ ਉੱਤੇ ਇਹ ਇਲਜ਼ਾਮ ਲੱਗਦੇ ਆ ਤੇ ਅੱਜ ਜੇ ਭਗਵੰਤ ਮਾਨ ਦੀ ਸਰਕਾਰ ਆ ਤੇ ਉਹਦੇ ਉੱਤੇ ਵੀ ਇਹ ਇਲਜ਼ਾਮ ਹੈ ਉਹਦੇ ਹੁੰਦਿਆਂ ਬੇਅਦਬੀਆਂ ਹੋ ਰਹੀਆਂ ਨੇ ਉਹਦੇ ਹੁੰਦਿਆਂ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਰਿਹਾ ਵਾ ਤੇ ਉਹ ਬਸ ਆਪਣੇ ਵਿਆਹ ਕਰਾਉਣ ਦੇ ਵਿੱਚ ਤੇ ਆਪਣੀਆਂ ਲੋਕਾਂ ਨੂੰ ਡਰਾਮੇਬਾਜ਼ੀ ਕਰਕੇ ਦੱਸਣ ਦੇ ਵਿੱਚ ਹੀ ਬਿਜ਼ੀ ਆ ਸਰਕਾਰ ਮੇਰਾ ਖਿਆਲ ਨਹੀਂ ਵੀ ਸਰਕਾਰ ਇਹੋ ਜਿਹੀ ਨਕੰਮੀ ਸਰਕਾਰ ਪਹਿਲਾਂ ਕਦੀ ਆਪਾਂ ਵੇਖੀ ਹੋਊਗੀ ਭਾਈ ਸਾਹਿਬ ਇੱਕ ਗੱਲ ਹੋਰ ਸਾਹਮਣੇ ਆਉਂਦੀ ਆ ਕਿ ਜਿਹੜਾ ਬੇਅਦਬੀਆਂ ਦਾ ਦੌਰ ਆ ਇਹ ਪੰਜਾਬ ਵਿੱਚ ਹੀ ਕਿਉਂ ਚੱਲਦਾ ਦੇਖਣ ਨੂੰ ਮਿਲਦਾ ਨਾ ਹੀ ਭਾਰਤ ਦੀ ਕਿਸ ਸਟੇਜ ਦੇ ਵਿੱਚ ਚੱਲਦਾ ਨਾ ਹੀ ਭਾਰਤ ਤੋਂ ਬਾਹਰ ਚੱਲਦਾ ਕਿਵੇਂ ਦੇਖਦੇ ਹੋ ਇਹ ਚੀਜ਼ ਨੂੰ ਤੇ ਆਪਾਂ ਕਹਿੰਦੇ ਨਾ ਵੀ ਇਹਦੇ ਮਗਰ ਕੋਈ ਲੌਬੀ ਕੰਮ ਕਰ ਰਹੀ ਕੌਣ ਹੋ ਸਕਦਾ ਦੇਖੋ ਕੌਣ ਹੋ ਸਕਦਾ ਇਹਦਾ ਹੁਣ ਸਾਡਾ ਤੇ ਕਈ ਥਾਵਾਂ ਤੇ ਦਿਮਾਗ ਚੱਲਦਾ ਆ ਪਰ ਸਾਡੇ ਇਕੱਲਿਆਂ ਦੇ ਕਹਿਣ ਦੇ ਨਾਲ ਨਹੀਂ ਕੀ ਗੱਲ ਹੁਣ ਛੋਟੀ ਜਿਹੀ ਗੱਲ ਲੈ ਲਓ ਕਿ ਜੇ ਮੰਨ ਲਓ ਕਿ ਜਿਹੜੀਆਂ ਸਿੱਟਾਂ ਬੈਠੀਆਂ ਜਿਹਦੇ ਵਿੱਚ ਸੁਖਬੀਰ ਬਾਦਲ ਦਾ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਆਇਆ ਵਾ ਜੇ ਉਹਨਾਂ ਸਿੱਟਾਂ ਦੇ ਵਿੱਚ ਨਾਮ ਨਾ ਆਉਂਦਾ ਤਾਂ ਕੀ ਗੱਲ ਪੰਥ ਨੂੰ ਪਤਾ ਨਹੀਂ ਸੀਗਾ ਵੀ ਕਿਹਨਾਂ ਨੇ ਕੀਤੀ ਅਤੇ ਕਿਹਨਾਂ ਨੇ ਕਰਾਈ ਪੰਥ ਨੂੰ ਸਾਰਾ ਕੁਝ ਪਤਾ ਆ ਅਰੇ ਸਰਕਾਰਾਂ ਜਿਹੜੀਆਂ ਵੇਖੋ 5 ਸਾਲ ਇਹਨਾਂ ਨੇ ਖਾਣਾ 5 ਸਾਲ ਉਹਨਾਂ ਨੇ ਖਾਣਾ ਹੁਣ ਉਹ ਇਹ ਕੀ ਆ ਹੁਣ ਜਿੰਨੇ ਝੂਠ ਭਗਵੰਤ ਮਾਨ ਬੋਲ ਕੇ ਆ ਗਿਆ ਵਾ ਹੁਣ ਅਗਲੀ ਵਾਰੀ ਜਿਹੜੀ ਪਾਰਟੀ ਨੇ ਆਉਣਾ ਉਹਨੇ ਇਹ ਤੋਂ ਵੀ ਵੱਡਾ ਝੂਠ ਬੋਲਣਾ ਆਪਣੀ ਲਕੀਰ ਲੰਬੀ ਕਰਨੀ ਆ ਸੋ ਇਹ ਇੱਕ ਦੂਜੇ ਨੂੰ ਇਹ ਨਹੀਂ ਇਤਨਾ ਟਾਰਗੇਟ ਕਰਦੇ ਇੱਕ ਦੂਜੇ ਨੂੰ ਬਚਾਉਣ 'ਚ ਹੀ ਲੱਗੇ ਹੁੰਦੇ ਨੇ ਹੁਣ ਤੁਸੀਂ ਦੇਖੋ ਵੀ ਜੇ ਪ੍ਰਕਾਸ਼ ਸਿੰਘ ਬਾਦਲ ਜੇ ਮਰ ਗਿਆ ਵਾ ਤੇ ਉਹਨੂੰ ਮਾੜਾ ਕਹਿਣ ਵਾਲਾ ਕਿਹੜਾ ਬੰਦਾ ਉੱਥੇ ਨਹੀਂ ਗਿਆ ਸਾਰੇ ਗਏ ਸਾਰੀਆਂ ਪਾਰਟੀਆਂ ਗਈਆਂ ਸੋ ਇਹ ਅੰਦਰੋਂ ਇਹ ਘਿਓ ਖਿਚੜੀ ਨੇ ਇਹਨਾਂ ਦਾ
ਜਿਵੇਂ ਰਾਜਨੀਤੀ ਆ, ਨੂਰਾਂ ਕੁਸ਼ਤੀ ਆ ਇੱਕ, ਵੀ ਇੱਕ ਵਾਰੀ ਤੂੰ ਬਣ ਜਾਣਾ, ਇੱਕ ਵਾਰੀ ਮੈਂ ਬਣ ਜਾਣਾ, ਇੱਕ ਵਾਰੀ ਤੂੰ ਖਾ ਲਿਆ, ਇੱਕ ਵਾਰੀ ਮੈਂ ਖਾ ਲਿਆ, ਇਹ ਤਰ੍ਹਾਂ ਰਲ ਮਿਲ ਕੇ ਜਨਤਾ ਨੂੰ ਮੂਰਖ ਬਣਾਈ ਜਾਓ ਅਤੇ ਆਪਣਾ ਉੱਲੂ ਸਿੱਧਾ ਕਰੀ ਜਾਓ। ਇਹਨਾਂ ਲੋਕਾਂ ਨੂੰ ਗੁਰੂ ਸਾਹਿਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ, ਇਹਨਾਂ ਨੂੰ ਬੇਅਦਬੀਆਂ ਦੇ ਨਾਲ ਕੋਈ ਲੈਣਾ ਦੇਣਾ, ਇਹ ਕਿਸੇ ਧਰਮ ਵਿਸ਼ੇਸ਼ ਦੇ ਬੰਦੇ ਨਹੀਂ ਹੈਗੇ। ਮਤਲਬ ਇਹਨਾਂ ਦਾ ਧਰਮ ਜਿਹੜਾ ਰਾਜਨੀਤੀ ਆ ਅਤੇ ਕੁਰਸੀ ਇਹਨਾਂ ਦੀ ਮਾਂ ਆ, ਬਸ ਇਹਨਾਂ ਦਾ ਇਹੋ ਹੀ ਆ। ਅਤੇ ਇਹਨਾਂ ਨੂੰ ਬੇਅਦਬੀਆਂ ਦੇ ਨਾਲ ਜੇ ਤੁਸੀਂ ਕਹੋ ਵੀ ਕਿਸੇ ਵੀ ਪਾਰਟੀ ਨੂੰ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਕਾਂਗਰਸ ਆ, ਚਾਹੇ ਆਪਣਾ ਤੁਸੀਂ ਲਾ ਲਓ ਵੀ ਬਾਦਲਾਂ ਦੀ ਪਾਰਟੀ, ਇਹਨਾਂ ਨੂੰ ਕੋਈ ਲੈਣਾ ਦੇਣਾ? ਉਹੀ ਕਾਂਗਰਸ ਆ ਜਿਹਨੇ ਸਾਡੇ ਟੈਂਕ 'ਤੇ ਤੋਪ ਚੜ੍ਹੇ ਸੀਗੇ ਸਾਡੇ ਅਕਾਲ ਤਖ਼ਤ ਸਾਹਿਬ 'ਤੇ, ਅਤੇ ਉਹਨਾਂ ਵਾਲੀ ਜਿਹੜੀ ਹੈ ਬਾਦਲਾਂ ਦੀ ਜਿਹੜੀ ਧੀ ਵਿਆਹੀ ਸੀਗੀ। ਸੋ ਇਹਨਾਂ ਦਾ ਕੋਈ ਆਪਾਂ ਦੀਨ ਧਰਮ ਨਹੀਂ ਹੈਗਾ। ਸਰਕਾਰ ਗੱਲ ਕਰੀਏ ਕਿ ਇੱਕ ਬਾਹਰਲੀ ਸਟੇਟ ਤੋਂ ਬੰਦਾ ਆ ਕੇ ਬੇਅਦਬੀ ਕਰ ਜਾਂਦਾ, ਇੱਕ ਸਿੱਖ ਵਿਅਕਤੀ ਨੂੰ ਕਿ ਉਸਕਾਇਆ ਜਾਂਦਾ ਹੋਵੇਗਾ? ਦੇਖੋ, ਸਿੱਖ ਵਿਅਕਤੀ ਨੂੰ ਸਿਖਾਉਣ ਦੀ ਕੀ ਲੋੜ ਆ? ਜਿਹੜਾ ਕਹਿ ਲਓ ਵੀ ਬਾਦਲ ਵੀ ਇੱਕ ਸਿੱਖ ਹੀ ਆ, ਜਿਹਨੂੰ ਦਰਦ ਨਹੀਂ ਹੋਇਆ ਬੇਅਦਬੀਆਂ ਤੇ ਉਹਨੂੰ ਬਚਾਉਣ ਲੱਗ ਪਿਆ। KPS ਗਿੱਲ ਵੀ ਇੱਕ ਸਿੱਖ ਸੀਗਾ, ਬੇਅੰਤ ਸਿੰਘ ਵੀ ਇੱਕ ਸਿੱਖ ਸੀਗਾ। ਸੋ ਇਹ ਸਾਡੀ ਕੌਮ ਦੇ ਵਿੱਚ ਕਹਿ ਸਕਦੇ ਕਿ ਉਸੇ ਲੀਗ ਤੇ ਚੱਲਦਾ ਆ ਰਿਹਾ ਸਭ ਕੁਝ। ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਚੀਜ਼ ਆ। ਦੇਖੋ ਬਾਜ਼ਾਰ ਦੇ ਵਿੱਚ ਨਾ ਉਹ ਜਿਹੜੀਆਂ ਸੈਂਟਰ ਆ ਨਾ, ਉਹ ਏਜੰਸੀਆਂ ਜਿਹੜੀਆਂ ਬੋਲੀ ਲਾਉਂਦੀਆਂ ਨੇ, ਕੋਈ ਘੱਟ 'ਤੇ ਵਿਕ ਜਾਂਦਾ, ਕੋਈ ਵੱਧ 'ਤੇ ਵਿਕ ਜਾਂਦਾ। ਹੁਣ ਜਿਵੇਂ ਆਪਾਂ ਗੱਲ ਕਰ ਦਿੰਦੇ ਹਾਂ ਵੀ ਸੁਖਬੀਰ ਬਾਦਲ ਅਤੇ ਜਿਹੜਾ ਉਹਨਾਂ ਦਾ ਚਚੇਰਾ ਭਰਾ ਆ ਮਨਪ੍ਰੀਤ ਬਾਦਲ, ਪਿੱਛੇ ਸਮੇਂ 'ਚ ਗੱਲ ਉੱਡੀ ਕਿ ਸੁਖਬੀਰ ਕੋਲ ਇੰਨੀ ਜਾਇਦਾਦ ਕਿਤਨਾ ਆ ਗਈ, ਜਦਕਿ ਦੋਵੇਂ ਭਰਾ ਗੁਰਦਾਸ ਬਾਦਲ ਅਤੇ ਪ੍ਰਕਾਸ਼ ਬਾਦਲ ਦੋਵੇਂ ਭਰਾ ਸੀਗੇ। ਇਹਨਾਂ ਦਾ ਸਾਰਿਆਂ ਦਾ ਜਦੋਂ ਹੋਇਆ ਜਾਇਦਾਦ ਵੰਡੀ ਗਈ, ਅਤੇ ਉਹਦੀਆਂ ਘੱਟ ਬੱਸਾਂ ਅਤੇ ਇਹਨਾਂ ਦੀਆਂ ਵੱਧ ਬੱਸਾਂ ਕਿਵੇਂ, ਇਹਨਾਂ ਦੇ ਹੋਟਲ ਕਿਵੇਂ, ਇਹਨਾਂ ਦੇ ਵਿਲਾ ਕਿਤਨਾ, ਇਹਨਾਂ ਦਾ ਸਾਰਾ ਕੁਝ। ਸੋ ਤੁਸੀਂ ਆਪੇ ਸੋਚ ਸਕਦੇ ਹੋ ਵੀ ਕੋਈ ਘੱਟ 'ਤੇ ਵਿਕ ਗਿਆ, ਕੋਈ ਵੱਧ 'ਤੇ ਵਿਕ ਗਿਆ। 2015 ਦੇ ਬਰਗਾੜੀ ਬੇਅਦਬੀ ਹੁੰਦੀ ਆ, ਬਾਅਦ ਵਿੱਚ ਬੜਾ ਸੰਘਰਸ਼ ਚੱਲਦਾ, ਉਸ ਸੰਘਰਸ਼ ਨੂੰ ਦਬਾ ਲਿਆ ਜਾਂਦਾ, ਭਾਵੇਂ ਕਿ ਉਹਦੇ ਵਿੱਚ ਧਿਆਨ ਸਿੰਘ ਮਾਂਡੋਰਾਂ ਦਾ ਵੀ ਜਿਹੜਾ ਮੋਰਚਾ, ਉਸ ਨੂੰ ਵੀ ਦਬਾ ਲਿਆ ਜਾਂਦਾ, ਹੋਰ ਵੀ ਸਰਕਾਰਾਂ ਦੇ ਖਿਲਾਫ ਜਿਹੜੀ ਕਿ ਕੋਈ ਵੀ ਆਵਾਜ਼ ਉੱਠਦੀ ਆ ਉਸ ਨੂੰ ਵੀ ਦਬਾ ਲਿਆ ਜਾਂਦਾ। ਜਿਵੇਂ ਫੋਰ ਐਗਜ਼ਾਮਪਲ ਕਿ ਪਿਛਲੇ ਦਿਨਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਲਹਿਰ ਨੂੰ ਵੀ ਦਬਾ ਲਿਆ ਗਿਆ, ਕਿਵੇਂ ਦੇਖਦੇ ਹੋ? ਦੇਖੋ, ਅੰਮ੍ਰਿਤਪਾਲ ਨੂੰ ਦਬਾਉਣ ਦੇ ਵਿੱਚ ਕੁਝ ਆਪਣਿਆਂ ਦਾ ਵੀ ਹੱਥ ਸੀਗਾ, ਤੇ ਜਿਹੜੇ ਜਿਵੇਂ ਹੁਣ ਜਿਹੜੇ ਪਰਿਵਾਰ ਹੀ ਬੁੱਚੜ ਪਰਿਵਾਰ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਬਿੱਟੂ ਜਿਹੜਾ ਬੇਅੰਤੇ ਬੁੱਚੜ ਦਾ ਪੋਤਰਾ ਆ, ਉਹ ਕਾਂਗਰਸ ਦਾ ਬੰਦਾ ਆ, ਦੇਖੋ ਉਹਨੇ ਵੀ ਕੀ ਰੋਲ ਅਦਾ ਕੀਤਾ। ਪਰ ਉਹਨੂੰ ਆਪਣਾ ਤੇ ਆਪਾਂ ਕਹਿ ਨਹੀਂ ਸਕਦੇ ਨਾ? ਨਹੀਂ, ਆਪਣਾ ਤੇ ਨਹੀਂ ਆਪਾਂ ਕਿਸੇ ਤੇ, ਜਿਹੜਾ ਉਹ ਕਾਂਗਰਸ ਪਾਰਟੀ ਦੇ ਵਿੱਚ ਆ। ਹੁਣ ਦੇਖੋ, ਹਰੇਕ ਬੰਦੇ ਦੇ ਕਿਰਦਾਰ ਅਲੱਗ ਅਲੱਗ ਆ। ਉਸੇ ਕਾਂਗਰਸ ਦੇ ਵਿੱਚ ਖਹਿਰਾ ਵੀ ਆ, ਖਹਿਰਾ ਜਿਹੜਾ ਪੰਜਾਬ ਦੇ ਹੱਕਾਂ ਲਈ ਬੋਲਦਾ, ਪੰਜਾਬ ਦੇ ਮੁੱਦਿਆਂ ਦੇ ਉੱਤੇ ਬੋਲਦਾ, ਤੇ ਉਸੇ ਪਾਰਟੀ ਦੇ ਵਿੱਚ ਚੰਨੀ ਵੀ ਆ, ਕਿ ਜਦੋਂ ਅੰਮ੍ਰਿਤਪਾਲ ਦੀ ਵਾਈਫ ਨੂੰ ਇੱਥੇ ਰੋਕਿਆ ਗਿਆ, ਜਿਹਦਾ ਕੋਈ ਕਸੂਰ ਨਹੀਂ ਗਾ, ਉਹਦੇ ਹੱਕ ਦੇ ਵਿੱਚ ਬੋਲਿਆ। ਸੋ ਉਸੇ ਪਰਿਵਾਰ ਕਾਂਗਰਸ ਵਿੱਚ ਕੁਝ ਚੰਗੇ ਬੰਦੇ ਵੀ ਨੇ ਤੇ ਕੁਝ ਗੰਦੇ ਨੇ, ਜਿਹੜੇ ਰਾਜੇ ਵੜਿੰਗ ਵਰਗੇ ਨੇ, ਜਿਹੜੇ ਅੱਜ ਵੀ ਇੰਦਰਾ ਗਾਂਧੀ ਨੂੰ ਆਪਣੀ ਮਾਂ ਦੱਸਦੇ ਨੇ। ਉਹ ਰਾਜੇ ਵੜਿੰਗ ਵਰਗੇ ਬੰਦੇ ਨੇ ਨਾ, ਉਹ ਇੱਕ ਕਹਾਵਤ ਹੈਗੀ ਹੈ, ਰਨ ਥਰੂ ਪ੍ਰਮੋਸ਼ਨ, ਇੱਕ ਅੰਗਰੇਜ਼ੀ 'ਚ ਹੋਰ ਤਰ੍ਹਾਂ ਹੈ, ਇਹਦੇ ਪੰਜਾਬੀ 'ਚ ਤੁਸੀਂ ਜੋੜੋ, ਰਨ ਥਰੂ ਪ੍ਰਮੋਸ਼ਨ। ਜਦੋਂ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆਉਂਦਾ ਆ, ਤੇ ਉਹ ਰਾਜੇ ਵੜਿੰਗ ਦੀ ਜਿਹੜੀ ਔਰਤ ਆ ਉਹਨੂੰ ਤੇ ਜੱਫੀਆਂ ਪਾ ਪਾ ਕੇ ਮਿਲਦਾ ਆ, ਤੇ ਜਦੋਂ ਰਾਜਾ ਵੜਿੰਗ ਉਹਨੂੰ ਮਿਲ ਜਾਂਦਾ, ਉਹਨੂੰ ਧੱਕੇ ਮਾਰ ਕੇ ਪਰਾਂ ਸੁੱਟ ਦਿੰਦੇ ਆ। ਸੋ ਇਹੋ ਜਿਹੇ ਲੋਕ ਇਹ ਤਰ੍ਹਾਂ ਆਪਣੀ ਜਿਹੜੀ ਤਰੱਕੀ। ਤੁਸੀਂ ਗੱਲ ਕੀਤੀ ਸੀ ਆਪਣਿਆਂ ਦਾ ਰੋਲ, ਕਿਹੜੇ ਆਪਣੇ ਹੋ ਸਕਦੇ ਆ? ਨਹੀਂ, ਆਪਣਿਆਂ ਦਾ ਰੋਲ ਜਿਹੜੇ ਜਥੇਬੰਦੀਆਂ ਦੇ ਵਿੱਚ ਵੀ, ਜਿਹਨਾਂ ਨੂੰ ਕੁਝ ਅੰਮ੍ਰਿਤਪਾਲ ਨਹੀਂ ਸੀ ਚੰਗਾ ਲੱਗਦਾ, ਕਈਆਂ ਦੇ ਮਤਭੇਦ ਸੀਗੇ ਅੰਮ੍ਰਿਤਪਾਲ ਦੇ ਨਾਲ। ਸੋ ਮਤਭੇਦ ਹੋਣਾ ਇੱਕ ਅਲੱਗ ਗੱਲ ਆ, ਅਤੇ ਕਿਸੇ ਨੂੰ ਇੱਥੋਂ ਤੱਕ ਪਹੁੰਚਾ ਦੇਣਾ ਵੀ ਉਹਨਾਂ ਦੇ ਉੱਤੇ NSA ਤੱਕ ਲੱਗ ਜੇ, ਅਤੇ ਉਹਨੂੰ ਜਸਟੀਫਾਈ ਕਰਨਾ ਜੀ ਨਹੀਂ ਇਹਦੀ ਗਲਤੀ ਸੀਗੀ, ਉਹ ਮੇਰਾ ਖਿਆਲ ਹੈ ਵੀ ਜਿਨ੍ਹਾਂ ਦਾ ਕਿਤੇ ਮੰਨ ਲਓ ਵੀ ਕਈ ਜਥੇਬੰਦੀਆਂ ਸੀਗੀਆਂ ਜਿਹੜੀਆਂ ਅੰਮ੍ਰਿਤਪਾਲ ਨੂੰ ਨਾ ਪਸੰਦ ਕਰਦੀਆਂ ਸੀਗੀਆਂ, ਜਿਨ੍ਹਾਂ ਦੀ ਪੁੱਛਗਿੱਛ ਥੋੜ੍ਹੀ ਬਹੁਤੀ ਘੱਟ ਗਈ ਸੀਗੀ ਉਹਦੇ ਆਉਣ ਦੇ ਨਾਲ। ਸੋ ਬੜੀਆਂ ਚੀਜ਼ਾਂ ਨੇ, ਅਤੇ ਮੈਂ ਚਾਹੁੰਦਾ ਵਾਂ ਵੀ ਇਹ ਚੀਜ਼ਾਂ ਦੇ ਉੱਤੇ ਨਾ ਹੀ ਚਾਨਣਾ ਪਾਇਆ ਜਾਵੇ, ਅਤੇ ਬੜੇ ਬੰਦੇ ਇਹਦੇ ਵਿੱਚ ਨਿਕਲ ਆਉਣੇ ਆ। ਅਤੇ ਮੈਂ ਆਖਰੀ ਗੱਲਾਂ ਵੱਲ ਜਾਵਾਂ, ਆਖਰੀ ਵਿਸ਼ੇ ਵੱਲ ਜਾਵਾਂ, ਇਹ ਜਿਹੜਾ ਬੇਅਦਬੀਆਂ ਦਾ ਦੌਰ ਆ ਕਿਵੇਂ ਰੁਕ ਸਕਦਾ? ਦੇਖੋ, ਰੁਕਣਾ ਤਾਂ ਜਿੰਨਾ ਚਿਰ ਆਪਾਂ ਸਰਕਾਰਾਂ ਵੱਲ ਵੇਖਦੇ ਰਹਾਂਗੇ ਨਾ, ਉਨਾ ਚਿਰ ਨਹੀਂ ਰੁਕ ਸਕਦਾ। ਅਤੇ ਜੇ ਆਪਾਂ ਕੁਝ ਕਰਾਂਗੇ, ਸਰਕਾਰਾਂ ਨੇ ਸਾਨੂੰ ਕਰਨ ਨਹੀਂ ਦੇਣਾ। ਸੋ ਖਾਲਸੇ ਦੇ ਹੱਥ ਰਾਜ ਆਵੇ, ਖਾਲਸਾ ਆਪ ਜਿਹੜਾ ਇਹ ਕੰਮ ਕਰੇ, ਤੇ ਫਿਰ ਹੀ ਇਹ ਜਿਹੜਾ ਬੇਅਦਬੀਆਂ ਦਾ ਦੌਰ। ਸਵਾਲ ਇਹ ਕਿ ਜਦੋਂ ਆਪਾਂ ਨੂੰ ਪਤਾ ਸਰਕਾਰਾਂ ਨੇ ਕੁਝ ਨਹੀਂ ਕਰਨਾ, ਫਿਰ ਅਸੀਂ SSPਾਂ ਦੇ ਜਾਂ CP ਦੇ ਜਾਂ ਕਿਉਂ ਇਹਨਾਂ ਨੂੰ ਮੰਗ ਪੱਤਰ ਦਿੰਦੇ? ਦੇਖੋ ਭਾਈ ਸਾਹਿਬ, ਇੱਕ ਵਕੀਲ ਦਾ ਕੰਮ ਕੀ ਹੁੰਦਾ ਦੱਸੋ, ਮਾੜਾ ਜਿਹਾ ਮੈਨੂੰ ਦੱਸੋ, ਕੀ ਵਕੀਲ ਦਾ ਕੰਮ ਹੈ? ਸੱਚ ਸਾਹਮਣੇ ਰੱਖਣਾ। ਵਕੀਲ ਦਾ ਕੰਮ ਆ ਕਿ ਕਾਨੂੰਨ ਦੀ ਲੜਾਈ ਲੜਨਾ,
ਜਦੋਂ ਉਹ ਹੀ ਵਕੀਲ ਪਿਸਤੌਲ ਚੁੱਕ ਕੇ ਅਤੇ ਬੇਅਦਬੀ ਨੂੰ ਮਾਰਨ ਲੱਗ ਪਏ, ਇਹਦਾ ਮਤਲਬ ਇਹ ਆ ਕਿ ਵਕੀਲ ਨੂੰ ਪਤਾ ਲੱਗ ਗਿਆ ਵੀ ਕਾਨੂੰਨ ਦੇ ਥਰੂ ਸਾਨੂੰ ਇਨਸਾਫ ਨਹੀਂ ਮਿਲਣਾ। ਮੇਰਾ ਸਵਾਲ ਉਹੀ ਸੀ, ਫਿਰ ਕਾਨੂੰਨ ਵੱਲ ਕਿਉਂ ਜਾਂਦੇ ਆਪਾਂ? ਤੇ ਉਹ ਸਾਡੀ ਦੇਖੋ ਮਜਬੂਰੀ ਆ, ਆਪਾਂ ਸਾਡੇ ਕੋਲੋਂ ਹੋਰ ਕੋਈ ਹੱਲ ਨਹੀਂ ਹੈਗਾ। ਹੁਣ ਜਦੋਂ ਬਚਾਉਣ ਵਾਲੇ ਜਦੋਂ ਕਾਨੂੰਨ ਆ ਜਾਂਦਾ, ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਕਹਿ ਲਓ ਜਾਂ ਅੰਮ੍ਰਿਤਪਾਲ ਨੇ ਤਾਂ ਗੱਲਾਂ ਕੀਤੀਆਂ ਕੀਤੀਆਂ, ਸੰਤ ਜਰਨੈਲ ਸਿੰਘ ਖਾਲਸਾ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਇਹਨੂੰ ਝਟਕਾ ਕੇ ਉੱਥੋਂ ਨਿਕਲਣਾ ਤੁਹਾਡਾ ਕੰਮ, ਇੱਥੇ ਸਾਂਭਣਾ ਮੇਰਾ ਕੰਮ। ਹੁਣ ਸਾਨੂੰ ਕੋਈ ਸਾਂਭਣ ਵਾਲਾ ਨਹੀਂ ਹੈਗਾ, ਸਾਨੂੰ ਸਾਂਭਣ ਵਾਲਾ ਨਹੀਂ। ਇਹ ਆਸ ਭਾਈ ਅੰਮ੍ਰਿਤਪਾਲ ਤੋਂ ਹੈ ਸੀ? ਦੇਖੋ ਅੰਮ੍ਰਿਤਪਾਲ ਕੋਲ ਹਜੇ ਤਾਂ ਨਹੀਂ ਸੀਗੀ ਆਸ, ਕਿਉਂਕਿ ਅੰਮ੍ਰਿਤਪਾਲ ਅਜੇ ਉਹਨਾਂ ਕੰਮ ਨਹੀਂ ਸੀ ਕਰ ਸਕਿਆ ਜਿੰਨਾਂ ਨੂੰ ਕਰਨਾ ਚਾਹੀਦਾ ਸੀਗਾ। ਅੰਮ੍ਰਿਤਪਾਲ ਹੁਣੀ ਜਿਹੜੀ ਉਹ ਜਿਹੜੀ ਸਿੱਧੀ ਟੱਕਰ ਲੈਣੀ ਹਜੇ ਸਾਡੇ ਵੱਸ ਦਾ ਕੰਮ ਨਹੀਂ ਸੀਗਾ, ਜਿੰਨਾ ਚਿਰ ਸਾਡੀ ਗਰਾਊਂਡ ਤਿਆਰ ਨਾ ਹੁੰਦੀ। ਅਤੇ ਉਹ ਇਸ ਕਰਕੇ ਹਜੇ ਸਾਨੂੰ ਕੋਈ ਸਾਂਭਣ ਵਾਲਾ ਹੈ ਨਹੀਂ ਗਾ, ਸਰੀਰਕ ਤੌਰ 'ਤੇ ਸਾਨੂੰ ਕੋਈ ਸਾਂਭਣ ਵਾਲਾ ਨਹੀਂ, ਨਹੀਂ ਤਾਂ ਬੇਅਦਬੀਆਂ ਦਾ ਦੌਰ ਕਦੋਂ ਦਾ ਰੁਕ ਜਾਂਦਾ। ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਜਾਂ ਪੰਜਾਬ ਦੇ ਸੇਵਾ ਕਰਦੇ ਹੋ, ਪਿਛਲੇ ਦਿਨਾਂ ਵਿੱਚ ਤੁਹਾਨੂੰ ਵੀ ਬੜਾ ਕਹਿ ਰਹੀ ਹੈ ਕਿ ਟਾਰਗੇਟ ਕੀਤਾ ਗਿਆ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਟਾਰਗੇਟ ਜਿੰਨਾ ਚਿਰ ਆ ਸਾਡੇ ਸਿਰ 'ਤੇ ਆ ਨਾ, ਅਤੇ ਆਹ ਜਿਹੜੀ ਸਾਡੀ ਜ਼ਬਾਨ ਆ ਜ਼ੁਲਮ ਦੇ ਵਿਰੋਧ 'ਚ ਬੋਲੂਗੀ ਅਤੇ ਸਾਨੂੰ ਇਹਨਾਂ ਨੇ ਤੰਗ ਕਰਨਾ ਹੀ ਕਰਨਾ। ਅੱਜ ਸਾਨੂੰ ਕਿਤੇ ਥਾਣੇ ਦੇ ਵਿੱਚ ਕੋਈ ਕੰਮ ਪੈ ਜਾਂਦਾ ਤਾਂ ਸਾਨੂੰ ਚਾਰ ਚਾਰ ਦਿਨ ਉੱਥੇ ਲਕੀਰਾਂ ਕੱਢਣੀਆਂ ਪੈਂਦੀਆਂ ਨੇ, ਅਤੇ ਜਿਹੜੇ ਉਹ ਹੀ ਜਿਹੜੇ ਪਰ ਕਈਆਂ ਲੋਕਾਂ ਵੱਲੋਂ ਕਹਿੰਦੇ ਸਰਕਾਰੀ ਬੰਦੇ ਆ। ਚਲੋ ਕਹਿੰਦੀ ਗੱਲ ਇਹ ਤਾਂ ਸਾਡਾ ਗੁਰੂ ਜਾਣਦਾ ਆ, ਮੈਂ ਇਹ ਗੱਲ ਤੁਹਾਡੇ ਚੈਨਲ ਦੇ ਮਾਧਿਅਮ ਥਾਈ ਕਹਿੰਦਾ ਵਾਂ, ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਵੀ ਹੇ ਸੱਚੇ ਪਿਤਾ ਗੁਰੂ ਗ੍ਰੰਥ ਸਾਹਿਬ ਜੀਓ, ਗੁਰੂ ਗੋਬਿੰਦ ਸਿੰਘ ਜੀਓ, ਜਿਹੜਾ ਵੀ ਬੰਦਾ, ਮੈਂ ਆਪਦੀ ਗੱਲ ਹੀ ਨਹੀਂ ਕਰਦਾ, ਮੈਂ ਕਿਸੇ ਦਾ ਨਾਂ ਹੀ ਨਹੀਂ ਲੈਂਦਾ, ਕਿ ਸੱਚੇ ਪਾਤਸ਼ਾਹ ਜਿਹੜਾ ਤੁਹਾਡਾ ਬਾਣਾ ਪਾ ਕੇ, ਤੁਹਾਡਾ ਦਿੱਤਾ ਹੋਇਆ ਬਾਣਾ ਪਾ ਕੇ, ਤੁਹਾਡੀ ਦਿੱਤੀ ਹੋਈ ਦਸਤਾਰ ਸਜਾ ਕੇ, ਪੰਥ ਦੀ ਗੱਲ ਕਰਕੇ ਤੇ ਸਰਕਾਰ ਦੇ ਨਾਲ ਰਲਦਾ ਵਾ, ਹੇ ਗੁਰੂ ਸਾਹਿਬ ਉਸ ਬੰਦੇ ਦਾ ਐਸਾ ਬੇੜਾ ਕਰਿਓ ਕਿ ਦੁਨੀਆਂ ਨੂੰ ਵੇਖੇ, ਉਹਦਾ ਮੂੰਹ ਪੰਥ ਦੇ ਵਿੱਚ ਐਸਾ ਕਾਲਾ ਹੋਵੇ ਕਿ ਦੁਨੀਆਂ ਨੂੰ ਖਲੋ ਖਲੋ ਕੇ ਵੇਖੇ ਭਾਈ ਆਹ ਫਲਾਣੇ ਬੰਦੇ ਨੇ ਆਹ ਕੰਮ ਕੀਤਾ ਸੀਗਾ ਤੇ ਵੇਖ ਲਓ ਉਹਦਾ ਕਿੱਡਾ ਬੁਰਾ ਹਾਲ ਹੋਇਆ। ਸੋ ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ, ਮੈਂ ਹੁਣ ਕੋਈ ਉਹ ਟੀਵੀ ਸੀਰੀਅਲ ਵਾਲਾ ਹਨੂੰਮਾਨ ਤੇ ਹੈਗਾ ਨਹੀਂ ਵੀ ਆਪਣੀ ਛਾਤੀ ਪਾੜ ਕੇ ਵਿਖਾ ਦੂੰਗਾ ਵੀ ਮੇਰੇ ਅੰਦਰ ਕੀ ਆ, ਮੈਂ ਤੇ ਗੁਰੂ ਸਾਹਿਬ ਅੱਗੇ ਅਰਦਾਸ ਹੀ ਕਰ ਸਕਦਾ, ਨਾ ਉਹਦੇ ਤੋਂ ਉਰਾਂ ਸਾਡੀ ਕੋਈ ਸੁਣਨ ਵਾਲਾ, ਨਾ ਉਸ ਤੋਂ ਪਰਾਂ ਕੋਈ ਸੁਣਨ ਵਾਲਾ, ਸਾਡੀ ਤੇ ਟੇਕ ਹੀ ਗੁਰੂ ਸਾਹਿਬ ਤੇ। ਮੈਂ ਆਖਰ ਤੇ ਗੱਲ ਕਰਾਂ, ਵਿਦੇਸ਼ਾਂ ਵਿੱਚ ਤੁਹਾਨੂੰ ਦਰਸ਼ਕ ਦੇਖ ਰਹੇ ਆ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਕਿ ਸਾਡੇ ਪੰਜਾਬ ਦੇ ਵਿੱਚ ਨਾ ਬਹੁਤ ਲੋਕ ਆ ਜਿਹੜੇ ਕੋਈ ਕਹਿੰਦਾ ਵੀ ਮੈਨੂੰ ਪੈਸਾ ਭੇਜੋ, ਕੋਈ ਕਹਿੰਦਾ ਮੈਨੂੰ ਪੈਸਾ ਭੇਜੋ, ਕਈ ਪਰਿਵਾਰ ਐਸੇ ਨੇ ਜਿਹੜੇ ਸ਼ਹੀਦ ਪਰਿਵਾਰ ਨੇ ਉਹ ਤੇ ਮਾਲਾਮਾਲ ਹੋ ਜਾਂਦੇ ਨੇ, ਕਈਆਂ ਨੂੰ ਸੁੱਕੀ ਰੋਟੀ ਵੀ ਨਸੀਬ ਨਹੀਂ ਹੁੰਦੀ। ਕੋਈ ਸਾਰੀ ਕੌਮ ਇਕੱਠੀ ਹੋ ਕੇ ਕੋਈ ਐਸਾ ਇੱਕ ਪਲੇਟਫਾਰਮ ਬਣਾਵੇ ਜਿਵੇਂ ਖਾਲਸਾ ਐਡ ਵਾਲਿਆਂ ਨੇ ਬਣਾਇਆ, ਬੜੀ ਸੇਵਾ ਕਰ ਰਹੇ, ਮੈਂ ਉਹਨਾਂ ਦੀ ਪ੍ਰਸ਼ੰਸਾ ਕਰਦਾ ਰਵੀ ਸਿੰਘ ਖਾਲਸਾ ਐਡ ਦੀ, ਉਹਨੂੰ ਹੀ ਇਸ ਤਰ੍ਹਾਂ ਮਜ਼ਬੂਤ ਕੀਤਾ ਜਾਵੇ ਜਾਂ ਕੋਈ ਹੋਰ ਇਸ ਤਰ੍ਹਾਂ ਤਿਆਰ ਕੀਤਾ ਜਾਵੇ ਵੀ ਇੱਕੋ ਦੇ ਥਰੂ ਸਾਰੇ ਜਿਹੜੇ ਨੇ ਨਾ ਸ਼ਹੀਦ ਪਰਿਵਾਰ ਉਹਨਾਂ ਨੂੰ ਸਾਂਭਿਆ ਜਾ ਸਕਦੇ। ਮੈਂ ਪਿੱਛੇ ਜੇ ਇੱਕ ਕਿਤਾਬ ਆਈ ਤਵਾਰੀਖ ਬੱਬਰ ਖਾਲਸਾ, ਉਹਦੇ ਲੇਖਕ ਭਾਈ ਕਰਮਜੀਤ ਸਿੰਘ ਜੀ ਸਿੱਖਾਂ ਵਾਲੇ ਸੀਗੇ, ਉਹਨਾਂ ਨੇ ਮੇਰੀਆਂ ਕੁਝ ਡਿਊਟੀਆਂ ਲਾਈਆਂ ਅਤੇ ਮੈਂ ਪਰਿਵਾਰਾਂ ਦੇ ਘਰਾਂ ਦੇ ਵਿੱਚ ਗਿਆ ਅਤੇ ਮੈਂ ਬੜੇ ਬੁਰੇ ਹਾਲਾਤ ਵੇਖੇ ਪਰਿਵਾਰਾਂ ਦੇ। ਕਿਹੜੇ ਪਰਿਵਾਰ? ਅੱਜ ਸ਼ਹੀਦ ਪਰਿਵਾਰ ਜਿਹੜੇ ਨੇ, ਸ਼ਹੀਦ ਪਰਿਵਾਰ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਗਿਆ ਅਤੇ ਬੜੇ ਬੜੇ ਬੁਰੇ ਹਾਲਾਤ ਵੇਖੇ, ਬਾਲਿਆਂ ਦੀ ਛੱਤਾਂ ਝੋਂਦੀਆਂ ਹੋਈਆਂ, ਅਤੇ ਇੱਕ ਪਾਸੇ ਮੈਂ ਵੇਖਦਾ ਵਾਂ ਕਿ ਜਿਹੜੇ ਪਰਿਵਾਰ ਬਾਦਲਾਂ ਦੇ ਪੈਰ ਚੁੰਮਣ ਲੱਗ ਪਏ ਉਹਨਾਂ ਦੀਆਂ ਬੱਲੇ ਬੱਲੇ ਹੋ ਗਈਆਂ, ਉਹਨਾਂ ਦੀਆਂ ਕੋਠੀਆਂ ਪੈ ਗਈਆਂ, ਲੈਂਟਰ ਪੈ ਗਏ, ਅਤੇ ਜਿਹੜੇ ਪਰਿਵਾਰ ਜਿਹੜੇ ਆਪਣੀ ਜ਼ਮੀਰ ਖਾਤਰ ਅੜੇ ਰਹੇ ਉਹ ਵਿਚਾਰੇ ਕਿਤੇ ਨਾ ਕਿਤੇ ਵਾਂਝੇ ਰਹਿ ਗਏ, ਜਿਹੜੇ ਨਾ ਕੌਮ ਦੇ ਪਿਆਰ ਤੋਂ, ਕੌਮ ਨੂੰ ਚਾਹੀਦਾ ਸੀਗਾ ਵੀ ਉਹਨਾਂ ਨੂੰ ਵੀ ਪਿਆਰ ਦੇਣਾ। ਬੜੇ ਪਰਿਵਾਰ ਐਸੇ ਨੇ ਜਿਹੜੇ ਆਪਾਂ ਲਿਖ ਕੇ ਰੱਖੇ ਨੇ। ਸੋ ਕੌਮ ਇੱਕ ਪਲੇਟਫਾਰਮ 'ਤੇ ਇਕੱਠੀ ਹੋਵੇ, ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਵੀ ਸੱਚੇ ਪਾਤਸ਼ਾਹ ਆਪਦੀ ਕੌਮ ਨੂੰ ਇਕੱਠਾ ਕਰੋ, ਅਤੇ ਜਿਵੇਂ ਤੁਸੀਂ ਆ ਕਿਹਾ ਨਾ ਵੀ ਮੈਨੂੰ ਕੋਈ ਸਰਕਾਰੀ ਕਹਿੰਦੇ ਨੇ, ਉਹ ਚੋਰ ਮਚਾਏ ਸ਼ੋਰ ਵਾਲਾ ਕੰਮ ਆ, ਉਹ ਚੋਰ ਆ ਵੀ ਰੌਲਾ ਪਾ ਪਾ ਕੇ ਨਾ ਸਾਰਿਆਂ ਨੂੰ ਕਹੀ ਜਾਂਦਾ ਵੀ ਸਰਕਾਰੀ ਹੈ। ਸਾਡੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬੰਦਾ ਆ ਜਿਹਨੇ 15 ਦਿਨ ਅੰਮ੍ਰਿਤਪਾਲ ਦੀ ਜਿਹੜੀ ਆ ਉਹਦੇ ਘਰ ਜਾ ਕੇ ਫੋਟੋਆਂ ਪਾਈਆਂ ਅਤੇ ਸਰਕਾਰ ਨੂੰ ਸਾਰਾ ਕੁਝ ਦੱਸਿਆ, ਉਹ ਬੜੀਆਂ ਲੰਬੀਆਂ ਗੱਲਾਂ ਹੈ। ਕਿਤੇ ਮੌਕਾ ਮਿਲਿਆ ਅਤੇ ਮੈਂ ਦੱਸਾਂਗਾ ਵੀ ਜਿਹੜੀ ਚੀਜ਼ ਉਹਨੂੰ ਮਿਲੀ ਕਿਸੇ ਵੇਲੇ ਮੈਨੂੰ ਵੀ ਦੇਣ ਆਏ ਸੀਗੇ, ਅਤੇ ਉਹ ਮੇਰਾ ਗੁਰੂ ਸਮਰੱਥ ਆ ਵੀ ਜਿਹਨੇ ਮੈਨੂੰ ਡੋਲਣ ਨਹੀਂ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ, ਅਤੇ ਦਾਗ ਲੱਗਣ ਤੋਂ ਸਾਨੂੰ। ਪਰ ਇਹ ਗੱਲਾਂ ਤੁਸੀਂ ਪ੍ਰੂਫਾਂ ਦਾ ਵਗੈਰਾ ਦਾਵਾ ਥੋੜ੍ਹੀ ਕੁ ਕਰ ਸਕਦੇ? ਦੇਖੋ ਕਈ ਚੀਜ਼ਾਂ ਦੇ ਪ੍ਰੂਫ ਨਹੀਂ ਹੁੰਦੇ। ਹੁਣ ਮੈਂ ਤੁਹਾਨੂੰ ਕਹੂੰਗਾ ਵੀ ਚਲੋ ਜੀ ਲੌਂਗੋਵਾਲ ਹੀ ਆ, ਲੌਂਗੋਵਾਲ ਦੇ ਖਿਲਾਫ਼ ਕੋਈ ਸਬੂਤ ਦਿਓ। ਇੱਕ ਗੱਲ ਬੜੀ ਪ੍ਰਚਲਿਤ ਸੀ ਨਾ, ਸਿੱਖ ਪੰਥ ਦੇ 3 ਗਰਦਾਰ ਬਾਦਲ ਟੌਰਾ ਅਤੇ ਲੌਂਗੋਵਾਲ, ਦਿਓ ਕੋਈ ਸਬੂਤ ਦਿਓਗੇ? ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜਾ ਨਾ ਉਹ ਕਈ ਵਾਰੀ ਸਬੂਤਾਂ ਦੀ ਲੋੜ ਨਹੀਂ ਪੈਂਦੀ, ਗੁਰੂ ਬੜਾ ਸਮਰੱਥ ਹੈ। ਠੀਕ ਹੈ ਜੀ, ਧੰਨਵਾਦ ਤੁਹਾਡਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭੁਪਿੰਦਰ ਸਿੰਘ 6 ਜੂਨ, ਜਿਹੜੇ ਕਿ ਪਿਛਲੇ ਸਾਲਾਂ ਦੇ ਵਿੱਚ ਆਈ ਹੋਈ 6 ਜੂਨ 'ਤੇ
बहुत जिहड़े कि एक्टिव होए जी, उन्हां ने एक सेवा कह सकते हैं कि संत जरनैल सिंह खालसा भिंडरां वालिआं दा पुतला फूकण की किसी ने कोशिश की सी, उन्हां नूं इस सिंह ने जिहड़ा कि कल्ले ने भजा दिता सी। मेरा ख्याल है कि 40 तों 50 जाणे जिहड़े कि जिन्हां नूं भजाया सी एक इस कल्ले सिंह ने। गलबात इन्हां ने बहुत सारी की कि जिहड़ा बेदबियां दा दौर आ ਉਹ ਤਾਂ ਹੀ ਰੁਕ ਸਕਦਾ ਜੇਕਰ ਖਾਲਸਾ ਰਾਜ ਆ ਜਾਵੇ, ਜੇਕਰ ਸਰਕਾਰਾਂ ਦੀ ਗੁਲਾਮੀ ਅਸੀਂ ਨਾ ਕਰੀਏ, ਇਹ ਦੌਰ ਫਿਰ ਹੀ ਰੁਕ ਸਕਦੇ ਆ। ਜਿਹੜੀ ਦੁਸ਼ਟ ਦੀ ਜਿਹੜੀ ਮੌਤ ਹੋਈ ਆ ਕੱਲ੍ਹ ਬੇਦਬੀ ਕਰਨ ਵਾਲੀ ਦੀ, ਇਹਨਾਂ ਨੇ ਦੱਸਿਆ ਕਿ ਜਿਵੇਂ ਬਰਗਾੜੀ ਕਾਂਡ ਦੇ ਵਿੱਚ ਬਾਦਲਾਂ ਦਾ ਨਾਮ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਜਿਹੜਾ ਨਾਮਜ਼ਦ ਹੈ, ਕਹਿ ਲਈਏ ਕਿ ਉਸ ਪ੍ਰਕਾਸ਼ ਸਿੰਘ ਬਾਦਲ ਦੀ ਵੀ ਜਿਹੜਾ ਕਿ ਅੰਤਿਮ ਰਸਮਾਂ ਦੇ ਵਿੱਚ ਗੁਰ ਮਰਿਆਦਾ ਜਿਹੜੀ ਨਹੀਂ ਸੀ ਵਰਤਣੀ ਚਾਹੀਦੀ। ਤੁਸੀਂ ਜੁੜੇ ਹੋ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਇਹ ਵੀਡੀਓ ਸਾਡੀ ਕਿਵੇਂ ਦੀ ਲੱਗੀ, ਕਿਵੇਂ ਦੀਆਂ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਲੱਗੀਆਂ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਰੋ। ਜਿਹੜਾ ਕਿ ਜਿਹੜੀਆਂ ਗੱਲਾਂ ਬਾਤਾਂ ਅਸੀਂ ਕੀਤੀਆਂ ਸਹੀ ਸੀ ਜਾਂ ਨਹੀਂ ਸੀ। ਤੁਸੀਂ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।